ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰਵਾਏ ਗਏ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦੇ ਦੌਰਾਨ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਨਸ਼ੇ ਦੇ ਨਾਲ ਹੋ ਰਹੀ ਬਰਬਾਦੀ, ਜਵਾਨੀ ਦੇ ਘਾਣ, ਆਰਥਿਕ ਨੁਕਸਾਨ ਸਮੇਤ ਹੋਰ ਅਹਿਮ ਅਤੇ ਮਹੱਤਵਪੂਰਨ ਪਹਿਲੂਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਹੈ, ਉੱਥੇ ਪੁਲਿਸ ਪ੍ਰਸ਼ਾਸਨ ਸਮੇਤ ਹੋਰ ਅਫਸਰਸ਼ਾਹੀ ਸੰਸਥਾਵਾਂ, ਜਥੇਬੰਦੀਆਂ, ਸਭਾ ਸੁਸਾਇਟੀਆਂ, ਕਲੱਬਾਂ ਆਦਿਕ ਦੀ ਵੀ ਜ਼ਿੰਮੇਵਾਰੀ ਤੈਅ ਕਰਨ ਦਾ ਜ਼ਿਕਰ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਦੇ ਵਜੋਂ ਪੁੱਜੇ ਬਹਾਦਰ ਸਿੰਘ HPF ਫਰੀਦਕੋਟ ਦੇ ਸਾਰੇ ਬੁਲਾਰਿਆਂ ਤੇ ਵਿਚਾਰਾਂ ਦੇ ਨਾਲ ਸਹਿਮਤ ਹੁੰਦਿਆਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ੇ ਦੇ ਕੋਡ ਦੇ ਖਾਤਮੇ ਦੇ ਲਈ ਭਰਪੂਰ ਸਹਿਯੋਗ ਮਿਲੇਗਾ। ਇਹ ਜੋ ਆਜ ਕਾ ਕਾਰਜਕ੍ਰਮ ਥਾ, ਇਹ ਸਬ ਡਿਵੀਜ਼ਨ ਕੋਟਕਪੂਰਾ ਮੇ ਨਸ਼ਾ ਜੋ ਕਰਤੇ ਹੈ ਉਸਕੇ ਸੰਬੰਧ ਮੇ ਲੋਗੋ ਕੋ ਇਕੱਠਾ ਕੀਆ ਗਿਆ ਥਾ ਔਰ ਉਨਕੇ ਸਾਥ ਆਪਣੇ ਵਿਚਾਰ ਵਿਮਰਸ਼ ਕੀਏ ਗਏ ਔਰ ਸਾਥ ਮੇ ਹੀ ਇਸੀ ਕੇ ਉੱਪਰ ਇੱਕ ਜੋ ਨਾਟਕ ਥਾ ਉਸਕੇ ਜ਼ਰੀਏ ਜੋ ਸਮਾਜ ਮੇ ਕੁਛ ਗਿਰਾਵਟ ਆ ਰਹੀ ਹੈ ਉਸ ਸੰਬੰਧ ਮੇ ਇੱਕ ਨਾਟਕ ਕਾ ਆਯੋਜਨ ਕੀਆ ਗਿਆ ਥਾ ਜਿਸਕੇ ਜ਼ਰੀਏ ਜੋ ਜੋ ਕੁਰੀਤੀਆਂ ਜੋ ਸਮਾਜ ਮੇ ਆ ਰਹੀ ਹੈ ਉਨਕੋ ਦਰਸਾਇਆ ਗਿਆ ਥਾ। ਤੋ ਇਹ ਜੋ ਸਾਰੇ ਕਾ ਸਾਰਾ ਪ੍ਰੋਗਰਾਮ ਹੈ ਸਬ ਡਿਵੀਜ਼ਨ ਕੋਟਕਪੂਰਾ ਕੀ ਤਰਫ ਸੇ SHO ਸਿਟੀ ਕੋਟਕਪੂਰਾ ਐਂਡ ਸਦਰ ਕੋਟਕਪੂਰਾ ਕੀ ਤਰਫ ਸੇ ਆਯੋਜਨ ਕੀਆ ਗਿਆ ਥਾ। ਤੋ ਇਹ ਇੱਕ ਬਹੁਤ ਅੱਛਾ ਉਪਰਾਲਾ ਥਾ ਜਿਸਕੇ ਜ਼ਰੀਏ ਸਮਾਜ ਮੇ ਜੋ ਨਸ਼ਾ ਵੇਚਤੇ ਹੈ ਉਨਕੇ ਸੰਬੰਧ ਮੇ ਔਰ ਜੋ ਨਸ਼ਾ ਛੋੜਨਾ ਚਾਹਤੇ ਹੈ ਉਸਕੇ ਲੀਏ ਅਲੱਗ ਅਲੱਗ ਜੋ ਸਪੀਕਰਸ ਹੈ ਉਨਕੋ ਬੁਲਾਇਆ ਗਿਆ ਥਾ ਔਰ ਅਲੱਗ ਅਲੱਗ ਜੋ ਬੁਲਾਰੇ ਥੇ ਉਨ੍ਹਾਂ ਆਪਣੇ ਆਪਣੇ ਵਿਚਾਰ ਵਿਮਰਸ਼ ਪੇਸ਼ ਕੀਏ ਥੇ ਔਰ ਆਪਣੇ ਆਪਣੇ ਸੁਝਾਅ ਪੇਸ਼ ਕੀਏ ਥੇ। ਸੋ ਇਹ ਬਹੁਤ ਅੱਛਾ ਉਪਰਾਲਾ ਥਾ, ਐਸਾ ਉਪਰਾਲਾ ਆਗੇ ਵੀ ਚਲਤਾ ਰਹੇਗਾ, ਪਬਲਿਕ ਕੇ ਬੀਚ ਅੱਛਾ ਕੀਆ। ਕੋਟਕਪੂਰਾ ਤੋਂ ਗੁਰਪ੍ਰੀਤ ਔਲਖ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।